ਹੈਲੋ ਐਂਡ ਵੈਲਕਮ ਗਾਈਸ, ਕਮੇ ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ। ਤੇ ਗਾਈਸ ਆਪਾਂ ਪੂਰੇ ਘੈਂਟਾਂ ਤੇ ਮਿੱਤਰੋ ਅੱਜ ਚੱਲੇ ਸੀਗੇ ਆਪਾਂ ਟਾਇਰ ਲੈਣ। ਕਿਹੜੇ ਟਾਇਰ ਲੈ ਗਏ? ਫਿਰ ਲੈਣਾ ਵਾਲੇ ਲਿਆਉਣੇ ਆ ਬਾਈ, ਦੂਜੇ ਤਾਂ ਪਏ ਆ ਘਰੇ ਮਿੱਤਰੋ। ਚਾਰ ਲੈਣਾ ਵਾਲੇ, 16 ਨੰਬਰ ਪਤਾ ਨਹੀਂ 17 ਨੰਬਰ, ਬਾਈ ਕਹਿੰਦਾ ਸੀ 16 ਵੀ ਆਉਂਦੇ 17 ਵੀ ਆਉਂਦੇ ਆ, ਜਿਹੜੇ ਵਧੀਆ ਲੱਗੇ ਉਹ ਜਾ ਕੇ ਲਿਆਉਂਦੇ ਆ। ਬਸ ਪਹੁੰਚਣ ਵਾਲੇ ਆ ਯਾਰ ਨਵਾਂ ਸ਼ਹਿਰ, ਤੇ ਜਾ ਕੇ ਲਿਆਉਣੇ ਮਿੱਤਰੋ ਟਾਇਰ। ਸਿਰਾ ਲੱਗ ਗਿਆ ਨਾ, ਟਾਇਰ ਹੀ ਟਾਇਰ ਕਰਤੇ ਘਰੇ, ਤਾਂ ਐ ਲੱਗਦਾ ਜਿਵੇਂ ਟਾਇਰਾਂ ਦੀ ਦੁਕਾਨ ਹੁੰਦੀ ਆ। ਸੋਹਣਾ ਹੀ ਬਹੁਤ ਲੱਗੂਗਾ ਲੱਕੀ ਉਹ ਟਾਇਰ ਪਾ ਕੇ, ਕਿਉਂਕਿ ਆਪਾਂ ਤਾਂ ਉਹ ਵੀ ਉੱਚਾ ਕਰਾਤਾ, ਉਹ ਟਾਇਰ ਉਹ ਵੀ ਉੱਚੇ ਆ, ਉਹਨਾਂ ਨਾਲ ਬੈਲੈਂਸ ਵੇਖੀ ਬਣਦਾ ਇੱਕੋ ਜਿਹਾ ਲੱਗੂ। ਹਾਂ, ਨਾਲੇ ਜਾ ਕੇ ਸ਼ੋ ਸ਼ੂ ਕਾਸ ਦਾਂਗੇ ਮਿੱਤਰੋ। ਸ਼ੋ ਮੇਰੇ ਹਿਸਾਬ ਨਾਲ ਅੱਜ ਤਾਂ ਸਾਨੂੰ ਹੱਥ ਨਹੀਂ ਹੋਣਾ, ਕਿਉਂਕਿ ਟਾਈਮ ਵਾਹਵਾ ਹੋ ਗਿਆ, 2 ਤਾਂ ਵੱਜ ਹੀ ਗਏ ਆ। ਚੱਲ ਸ਼ੋ ਤਾਂ ਕਾਸ ਹੀ ਦੇਣੀ, ਸ਼ੋ ਤਾਂ ਯਾਰ 15 ਮਿੰਟ ਦਾ ਕੰਮ ਕਰ ਸਕਦਾ, ਸ਼ੋ ਸ਼ੂ ਤਾਂ ਨਹੀਂ ਕੋਈ ਚੱਕਰ, ਅੱਜ ਰਾਤ ਨੂੰ ਵੀ ਕਾਸ ਦਿਆਂਗੇ। ਬੜੀ ਗੱਲ ਹੋਈ, ਕੱਲ ਨੂੰ ਟਾਇਰ ਪਾ ਕੇ ਤੇ ਮਿੱਤਰੋ ਕਿਹੜੇ ਛੇੜੇ ਕੱਢਾਂਗੇ, ਤੇ ਫੇਰ ਆਪਾਂ ਮਰਗਾੜ ਫਿੱਟ ਕਰਾਂਗੇ, ਉਹ ਵੀ ਕੰਮ ਲੰਮਾ ਚੌੜਾ ਹੀ ਆ। ਯੂ ਪੈਪ ਦਾ, ਡੈਕ ਦਾ ਕੰਮ ਤਾਂ ਬਾਹਲਾ ਲੰਮਾ ਚੱਲਣਾ ਯਾਰ। ਬਸ ਹੁਣ ਜਾਈ ਜਾਂਦੇ ਹਾਂ। ਮੈਂ ਕਿਹਾ ਚਲੋ 2 ਮਿੰਟ ਗੱਡੀ ਰੋਕ ਕੇ ਨਾ ਪਹਿਲਾਂ ਵਲੌਗ ਸਟਾਰਟ ਕਰੀਏ। ਅਤੇ ਰਾਹ 'ਚ ਉਹੀ ਪਹਿਲਾਂ ਭੁੱਖ ਬਾਹਲੀ ਲੱਗੀ ਪਈ, ਸੁਬਹਾ ਅਸੀਂ ਲੁਧਿਆਣੇ ਸੀਗੇ, ਰਾਤ ਕੰਮ ਜਿਹਾ ਪੈ ਗਿਆ ਸੀ। ਫਿਰ ਇੱਥੇ ਤੁਹਾਨੂੰ ਪਤਾ ਜਦੋਂ ਬੰਦਾ ਘਰੇ ਹੋਵੇ ਘਰ ਦੇ ਤਾਂ ਲੱਤਾਂ ਲੁੱਤਾਂ ਮਾਰ ਕੇ ਠਾ ਦਿੰਦੇ, ਜਦੋਂ ਬੰਦਾ ਹੋਟਲ 'ਚ ਹੁੰਦਾ ਨਾ, ਹੋਟਲ 'ਚ ਕੋਈ ਠਾਉਣ ਵਾਲਾ ਨਹੀਂ ਹੁੰਦਾ ਵੀ ਰੂਮ 'ਚ, ਤਾਂ ਤਾਂ ਫਿਰ ਸੁੱਤੇ ਰਹੇ ਜਦੋਂ ਦੇਖਿਆ 11:30 12 ਵਜੇ ਤਾਂ ਚੈੱਕਆਊਟ ਦਾ, ਚਲੋ ਫਿਰ ਚੱਲੀਏ ਨਵੇਂ ਸ਼ਹਿਰ ਨੂੰ ਚੱਲੀਏ ਟਾਇਰ ਲੈਣ। ਅਤੇ ਮਿੱਤਰੋ ਇੱਕ ਆਪਾਂ ਛਾਪ ਲਿਆਂਦੀ, ਵਾਜੀ ਵਾਹ ਰਿੰਗ ਪੈ ਚੋ, ਵਾਜੀ ਵਾਹ ਸਿਰਾ ਗੱਲ ਬਾਤ ਹੈ। ਪਹਿਲਾਂ ਇੱਧਰ ਬਾਈ ਸੀ, ਇੱਧਰ ਥੋੜ੍ਹੀ ਖੁੱਲ੍ਹੀ ਲੱਗ ਰਹੀ, ਮੈਂ ਕਿਹਾ ਚਲੋ ਉੱਧਰ ਸੈੱਟ ਜਮਾਂ ਫਿਰ ਵਾਕਈ ਚੰਗੀ ਹੈ ਹੈ ਨਾ, ਚੰਗੀ ਹੈ ਜੰਗੀ ਹੈ। ਅਤੇ ਹੁਣ ਚੱਲਿਆ ਮਿੱਤਰੋ ਟਾਇਰ ਲੈਣ, ਅਤੇ ਚੱਲਦੇ ਹਾਂ ਫਿਰ ਹੈ ਨਾ। ਮਿੱਤਰੋ ਕਹਿੰਦੇ ਪਹੁੰਚ ਗਏ ਨਵਾਂ ਸ਼ਹਿਰ, ਬਾਈ ਅੱਜ ਤਾਂ ਬਾਜ਼ਾਰ ਜਾ ਸਾਰਾ ਹੈ ਨਾ ਯਾਰ, ਸੜਕਾਂ ਸੁੜਕਾਂ ਪੱਟੀਆਂ ਪਈਆਂ, ਗਲੀਆਂ ਗੁਲੀਆਂ ਵੱਜਦੀ, ਮਸਾਂ ਲਿਆਉਂਦਾ ਪੀੜੀਆਂ ਪੀੜੀਆਂ ਗਲੀਆਂ ਮਸਾਂ ਲਿਆ। ਹੋਰ ਯਾਰ ਹੁਣ ਆਪਾਂ ਉਹਦੀ ਦੁਕਾਨ ਤਾਂ ਨਹੀਂ ਭੁੱਲ ਗਏ ਯਾਰ, ਆਹ ਰੋਡ 'ਤੇ ਹੀ ਆ ਕਿ ਦੂਜੇ ਰੋਡ 'ਤੇ ਸੀ? ਵਗਦੀ ਤਾਂ ਆਹ ਰੋਡ 'ਤੇ ਹੀ ਆ, ਬਾਕੀ ਤਾਂ ਕਹਿ ਨਹੀਂ ਸਕਦੇ, ਨਾ ਹੋਈ ਤਾਂ ਫਿਰ ਮੁੜ ਆਵਾਂਗੇ। ਇਹੀ ਕੰਮ ਤਾਂ ਆ ਬਸ, ਫਿਰ ਮੁੜ ਆਵਾਂਗੇ, ਲੱਗਦਾ ਤਾਂ ਇਹ ਰੋਡ 'ਤੇ ਆਏ ਤਾਂ ਆਪਾਂ ਤੀਜੀ ਵਾਰੀ ਤਾਂ ਆਏ ਹਾਂ ਉਹਦੇ ਕੋਲ ਯਾਰ, ਇਸੇ ਦੀ ਆ ਸ਼ਾਇਦ ਉਹ, ਉੱਥੇ ਜੇ ਜਾ ਕੇ ਆ ਆਪਣੀ ਜਿੱਥੇ ਟ੍ਰੈਕਟਰ ਜੇ ਖੜੇ ਹੈ ਨਾ। ਲੋ ਮਿੱਤਰੋ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਮਿੱਤਰੋ ਟਾਇਰ, ਵਾਹ ਜੀ ਵਾਹ, ਟਾਇਰ ਪਵਾ ਦੇਣੇ ਟਾਇਰ, ਡਾਇਨਾਸੌਰ ਦੇ ਬੂਟ ਪਵਾ ਦੇਣੇ ਆਪਾਂ, ਹੁਣ ਡਾਇਨਾਸੌਰ ਕੋਲੇ 4-5 ਬੂਟ ਹੋ ਗਏ। ਹਾਂ ਹੈ ਨਾ, ਬਦਲ ਬਦਲ ਪਾਇਆ ਕਰੂ, ਬਦਲ ਬਦਲ ਪਾਇਆ ਕਰੂ ਮਿੱਤਰੋ, ਬਦਲ ਬਦਲ। ਬਸ ਥੋੜ੍ਹੀ ਜਿਹੀ ਵੇਟ ਕਰ, ਡਾਇਨਾਸੌਰ ਆ ਗਏ ਲੈ ਗਏ ਟਾਇਰ, ਅਸੀਂ ਆਇਆ ਪਹੁੰਚ ਗਏ ਮਿੱਤਰੋ। ਕਿਹੜੇ ਟਾਇਰ ਲੱਗੇ ਅੱਜ, ਕੀ ਹਾਲ ਚਾਲ ਆ, ਕਿਵੇਂ ਆ ਉਹ ਸੈਟੋ? ਮੈਂ ਕਿਹਾ ਟਾਇਰ ਯਾਰ ਆਪ ਹੀ ਲਿਆਉਂਦੇ ਅੱਜ ਗੱਡੀ 'ਚ ਲੱਦ ਕੇ, ਉਦਣ ਬਾਹਲੇ ਦਿਨ ਲੱਗ ਗਏ ਆ, ਉਹ ਟਰਾਂਸਪੋਰਟ ਵਾਲਿਆਂ ਨੇ ਜਹਿਣੀ ਲੈ ਲਈ ਸਾਡੀ, ਮਾਰੀ ਚਮਕਾਈ ਜਾਂਦੇ ਹੈ ਮਾਰ ਮਾਰ ਪਾਲਸ਼ਾਂ ਪਰ ਫਿੱਟਾ ਕੰਮ। ਕਿੱਥੇ ਆ ਗਏ ਕਹਿੰਦੇ? ਉੱਥੇ ਹੀ ਆ ਗਏ ਜਿੱਥੋਂ ਬੂਟ ਪਵਾਏ ਸੀ। ਓਏ ਤਾਂ ਯਾਰ ਭੈੜੇ ਜੇ ਲੱਗਣਗੇ, ਉਹ ਤਿੰਨ ਤਿੰਨ ਪਵਾ ਦਿੰਦੇ ਆ, ਇਹ ਤਾਂ ਮੋਟਰਸਾਈਕਲ ਵਾਲੇ ਟਾਇਰ। ਫਿਰ ਤਾਂ ਰੂਲਰ ਜਾ ਲੱਗੂ, ਬਾਈ ਟਾਇਰ ਸੇਲ ਕਰੀ ਜਾਂਦਾ ਵਾ, ਦਿਖਾਈ ਜਾ ਰਹੇ ਆ। ਚਲੋ ਪਿਛਲੇ ਪਾਸੇ ਫਿਰ ਗੋਦਾਮ ਜੀ ਚ,
ਉੱਥੇ ਗੋਦਾਮ ਜੇ ਜੀ ਪਹਿਲਾਂ ਗਏ ਸੀ ਹਨਾ, ਦੂਜੇ ਆਪਾਂ ਨੂੰ ਉੱਥੇ ਹੀ ਪਸੰਦ ਆਏ ਸੀ ਹਨਾ, ਲੱਕੀ ਟਾਇਰ ਟਾਇਰ ਬੰਬ ਸੀ ਉਹ ਬਾਈ, ਵਿਖਾਵਾਂਗੇ ਮਿੱਤਰੋ ਸਬਰ ਕਰੋ ਥੋੜਾ, ਜਿੱਦੇ ਪੂਰੇ ਦੇਖ ਲਿਓ ਤੇ ਤੁਸੀਂ ਮੈਂ ਕਹਿੰਦਾ ਪੂਰੇ ਖੁਸ਼ ਹੋ ਜਾਣਾ। ਸ਼ੁਰੂ ਗੋਦਾਮ ਜੇ ਨਾ ਫਾਰੀ ਕਰਨ ਵਾਲਾ ਹਨਾ, ਟਾਇਰ ਹੀ ਟਾਇਰ ਪਏ ਇਹਨਾਂ ਕੋਲੇ, ਸਾਨੂੰ ਨਾ ਦੂਰ ਪੈਂਦਾ, ਜੇ ਮੈਂ ਨੇੜੇ ਨੂੜੇ ਰਹਿੰਦਾ ਹੋਵਾਂ ਤਾਂ ਚਾਰ ਪੰਜ ਜੋੜੀਆਂ ਲੈ ਆ ਕੰਧ ਟੱਪ ਕੇ, ਐਂ ਕਹਿੰਦੀ ਚਾਰ ਪੰਜ ਜੋੜੀਆਂ ਭੜਕਾਵਾਂ ਮੈਂ, ਦੂਰ ਪੈਂਦਾ ਸਾਨੂੰ। ਆ ਸ਼ੁਰ ਆ ਲੰਡੀ ਜੀਪ ਲੈਣੀ ਆ ਤੂੰ, ਚੌੜੇ ਜੇ ਬਾਈ ਟਰੈਕਟਰ ਦੇ ਬਾਲੇ ਘੈਂਟ ਲਾਦੇ, ਜੀਪਾਂ ਦੇ ਤਾਂ ਯਾਰ ਹੋਰ ਹੀ ਲਾਦੇ ਆ, ਦਿੱਲੀਓਂ ਲਿਆ ਕੇ ਸੁਪਨੇ ਵੱਡੇ ਆ ਬਾਬੇ ਹੱਥ ਛੱਡੇ ਆ। ਪੁਰਾਣੇ ਗੋਦਾਮ ਚ ਆ ਗਏ, ਪੁਰਾਣੇ ਚ ਟਾਇਰ ਹੀ ਟਾਇਰ ਪਏ ਆ, ਆ ਲੋ ਦੋ ਦੋ ਫੁੱਟੇ ਮਿੱਤਰੋ, ਸੇਲ ਲੱਗੀ ਹੋਈ ਆ ਇੱਥੇ, ਜਦੋਂ ਮਰਜ਼ੀ ਆ ਜਾਓ ਚੈੱਕ ਕਰੋ ਟਾਇਰ ਚੈੱਕ ਕਰੋ ਮਿੱਤਰੋ। ਵਾਹ ਜੀ ਵਾਹ, ਆ ਕੇ ਰਿਪੋਰਟ ਆ ਜਾਵਾਂ, ਇਹ ਤਾਂ ਜਦੋਂ ਰੈਮ ਰੂਮ ਪਾਏ ਹੋਏ ਨੇ ਇਹਨਾਂ ਨੇ ਇੱਥੇ ਆ ਜਾਣਾ, ਆਪਣੇ ਨਾਲ ਹੋਈ ਆ ਪਹਿਲਾਂ ਵੀ ਹਨਾ, ਪਹਿਲਾਂ ਜਿਹੜੇ 600 ਨੰਬਰ ਨਹੀਂ ਛੋਟੇ ਲੱਗਦੇ, ਜਦੋਂ ਘਰੇ ਗਏ ਅਸੀਂ ਦੇਖਿਆ ਤਾਂ ਵੱਡੇ ਬੜੇ ਲੱਗਦੇ ਆ ਭਰਾਵਾ, ਇੱਥੇ ਤਾਂ ਅਸੀਂ ਉਹੀ ਧੂਈ ਫਿਰਦੇ ਸੀ, ਉੱਥੇ ਹਿੱਲਣ ਨਾ ਇਕੱਲੇ ਬੰਦੇ ਤੋਂ, ਇਹ ਚੌੜਾ ਹੋ ਜਾਣਾ ਹੋਰ ਹਨਾ। ਹਾਂ ਹੁਣ ਕਿੰਨੇ ਟਾਈਮ 'ਚ ਸਾਨੂੰ ਤਿਆਰ ਕਰ ਦੋਗੇ ਜਗਾੜ ਰੈਮ ਰੂਮ ਲਾ ਕੇ? ਉਹ ਤਾਂ ਕਹਿੰਦਾ ਕਰ ਦਾਂਗੇ ਬਾਹਰ, ਠੀਕ ਆ ਹਵਾ 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 ਕਰੋ ਓਕੇ ਕਰਾਏ ਪਏ ਯਾਰ, ਇਹਨੇ ਹੋਰ ਉੱਚਾ ਹੋ ਜਾਣਾ ਹਵਾ ਵਾ ਭਰ ਕੇ, ਕੋਈ ਫਾਇਦਾ ਨੀ, ਪਾਵਾਂਗੇ ਉਹ ਜਿਹੜੇ ਸੋਹਣੇ ਵੀ ਲੱਗਣ ਪਾਏ, ਬਾਲੇ ਭੈੜੇ ਵੀ ਨਾ ਲੱਗਣ, ਓਹੀ ਲੈਣੇ ਆ ਸੋਚਿਆ ਭਾਜੀ, ਸੋਚਿਆ ਭਾਜੀ ਲੈਣੇ ਤਾਂ ਉਦੇ ਵੀ ਓਹੀ ਸੀ, ਪਰ ਨਾ ਰਹਿ ਬਦਲ ਗਈ ਸਾਰੀ, ਹਾਂ ਦੇਖ ਕੇ ਨਾ ਮਨ ਨਾ ਸਾਡਾ ਬਦਲ ਗਿਆ, ਪਰ ਇਹ ਦੂਜੇ ਚੱਕ ਲਏ ਚੌੜੇ ਹੀ ਕਿਆ, ਨਾ ਇਹ ਨੀ ਚੌੜੇ ਹੀ ਚੱਕ ਲੈਣਾ ਲਈ ਕਿਆ, ਕਿਹੜਾ ਪਏ ਆ ਉਹ ਪਾਲਣੇ ਘਰ ਵਾਲੇ, ਹਾਂ ਫਿਰ ਜੇ ਇੱਥੋਂ ਫਿੱਟ ਕਰਾਵਾਂਗੇ ਜਾ ਕੇ ਫੇਰ ਹੀ ਡਾਇਨਾਸੌਰ ਦੇ ਫਿੱਟ ਕਰਾਂਗੇ, ਲਓ ਜੀ ਕੰਮ ਹੀ ਬਹੁਤ ਸੌਖਾ ਹੋ ਗਿਆ, ਕਹਿੰਦੇ ਟਾਇਰ ਤਾਂ ਫਿੱਟ ਕੀਤੇ ਪਏ, ਬਾਈ ਤੁਸੀਂ ਇੱਕ ਅੱਧਾ ਟਾਇਰ ਨਾਲ ਫ੍ਰੀ ਨੀ ਦਿੰਦੇ ਯਾਰ, ਤੁਹਾਡੇ ਤੋਂ ਇੰਨੇ ਟਾਇਰ ਲੈ ਲਏ, ਇੱਕ ਅੱਧੀ ਜੋੜੀ ਦੇਣਾ ਹਾਂ ਫ੍ਰੀ ਦੇ ਦੋ, ਨਹੀਂ ਨਹੀਂ ਬਾਈ ਨਾਲ ਤੁਸੀਂ ਸਾਨੂੰ ਫ੍ਰੀ ਆਫ ਦਿਆ ਕਰੋ ਕੋਈ, ਸਾਨੂੰ ਦੋ ਕੋਈ ਮਾੜੀ ਸਕੀਮ ਦੋ, ਆਫਰ ਦੋ,
ਹਾਂ ਆਫਰ ਉਫਰ ਕੱਢੋ ਸਾਡੇ ਵਾਸਤੇ ਜਾਂ ਸਾਨੂੰ ਮਾੜਾ ਜਿਹਾ ਕੈਸ਼ ਘਟਾ ਦਿਓ ਹੈਨਾ ਲੱਗੀ ਜਾਂ ਸਾਨੂੰ ਕੈਸ਼ ਘਟਾ ਦਿਓ ਮਿੱਤਰੋ ਕਹਿੰਦੇ ਪੇਂਟ ਪੂੰਟ ਕਰਕੇ ਰੱਖੇ ਪਏ ਆ ਟਾਇਰ ਚੱਲੇ ਆ ਲੱਗਦਾ ਹੈ ਨੀ ਲੱਗਦਾ ਹੀ ਹੈ ਹੈਗਾ ਹੀ ਹੈ ਟਾਇਰ ਦੇਖੋ ਮਾੜਾ ਜਿਹਾ ਟਾਇਰ ਹੀ ਟਾਇਰ ਕੀਤੇ ਪਏ ਪਤਾ ਨੀ ਕਿੱਥੋਂ ਲਿਆਉਂਦੇ ਆ ਯਾਰ ਹੈਨਾ ਲੱਗੀ ਆ ਪਏ ਲੈ ਡੈਨਾਸੌਰ ਬੂਟ ਪੂਰੇ ਓਕੇ ਯਾਰ ਪੋਟਰ ਓਹਦੇ ਨਾਲ ਉੱਚੇ ਆ ਇਹ ਹਵਾ ਹਵਾ ਭਰ ਕੇ ਹਨਾ ਕੇਰਾਂ ਦਾ ਟੈਡੇ ਆ ਕੱਢੂਗਾ ਕੋਈ ਨੀ ਨਹੀਂ ਬਾਈ ਇੱਕੋ ਜਾ ਹੋਜੂਗਾ ਲੱਕੀ ਛੋਟੇ ਹੁੰਦੇ ਨੇ ਡੱਕੇ ਨਾਲ ਇਹ ਤਾਂ ਸਾਜਨ ਤੂੰ ਡੱਕੇ ਨਾਲ ਆ ਰੋੜੇ ਆ ਚਾਚ ਨੇ 600 ਨੰਬਰ ਡੱਕੇ ਨਾਲ ਰੋੜੇ ਵੇ ਆ ਛੋਟੇ ਹੁੰਦੇ ਨੇ ਚਾਚ ਦੇ ਲਬਰੇ ਯਾਰ ਕੰਮ ਚਲੋ ਜੀ ਰੈਡੀ ਸਟੈਡੀ ਗੋਹ ਕਰਾ ਦੇ ਸਹੀ ਆ ਜੀ ਚੈੱਕ ਕਰੋ ਮਿੱਤਰੋ ਨਿਊ ਟਾਇਰ ਫੋਰ ਡਾਇਨਾਸੌਰ ਕਮਿੰਗ ਵਾਸ ਡੰਡਾ ਦੇ ਦਿੰਦੇ ਆ ਡੱਕਾ ਟੁੱਟ ਜਾਂਦਾ ਹੁੰਦਾ ਟਾਇਰ ਰੋੜਨ ਨੂੰ ਚਲੋ ਬਸ ਹਵਾ ਭਰਾਉਣ ਵਾਲੀ ਆ ਬਾਈ ਹਵਾ ਭਰਾ ਦਈਏ ਹਵਾ ਭਰਾ ਕੇ ਤੇ ਇਹਨੂੰ ਗੱਡੀ ਚ ਲੱਦ ਗਏ ਵਾਹ ਜੀ ਵਾਹ ਤੇਰਾ ਹੋ ਜਾਣਾ ਮਿੱਤਰੋ ਤੇ ਜਾ ਕੇ ਅੱਜ ਤਾਂ ਮੇਰੇ ਹਿਸਾਬ ਨਾਲ ਹੋ ਜਾਣਾ ਬਾਈ ਹਨੇਰਾ ਅੱਜ ਤਾਂ ਹਨੇਰਾ ਹੋ ਜਾਣਾ ਵਾ ਕੱਲ ਨੂੰ ਅੱਜ ਰਾਤ ਨੂੰ ਜਾ ਕੇ ਸ਼ੋਅ ਕਾਸ ਦਾਂਗੇ ਓਏ ਪਤਾ ਨਹੀਂ ਸਾਜਣ ਸ਼ੋਅ ਕਾਸ ਕੇ ਪਤਾ ਨਹੀਂ ਹਿੱਲੇ ਦਿਮਾਗ ਦਾ ਟਾਇਰ ਵੀ ਕਾਸ ਦੀ ਹਾਂ ਕੰਮ ਤਾਂ ਥੋੜਾ ਹੀ ਆ ਸਵੇਰ ਨੂੰ ਕਹਿ ਰਹੀਏ ਮਿੱਤਰ ਚੈੱਕ ਕਰੋ ਹਾਂ ਬਾਈ ਇੱਥੇ ਰੱਖ ਇੱਥੇ ਖਾਈਦੇ ਫੋਟੋ ਫੋਟੋ ਬਾਈ ਕਹਿੰਦਾ ਹਵਾ ਹਵਾ ਜਮਾ ਓਕੇ ਕਰਕੇ ਦਊਂਗਾ ਮੈਂ ਤੁਹਾਨੂੰ ਚੈੱਕ ਕਰ ਲਾ ਪੜੀ ਜਾਂਦੀ ਇਹ ਵੀ ਕੰਮ ਚਲਾ ਲਿਆ ਤੂੰ ਲਓ ਜੀ ਇਹਦੀਆਂ ਕੱਲੀਆਂ ਨਾ ਸਪੈਂਡਲ ਸਪੁੰਡਲ ਨਵੇਂ ਪਾਲੇ ਕੱਲੀਆਂ ਦੋ ਗੁੱਡੀਆਂ ਵਿਚਾਲੋਂ ਲੱਗਿਆ ਕਰਨਗੀਆਂ ਤਾਂ ਹੀ ਤਾਂ ਨਵੇਂ ਸਪੈਂਡਲ ਪਾਏ ਯਾਰ ਟਾਇਰ ਵੇਖੂ ਹਨਾ ਇਹ ਕਿੱਡੇ ਕਿੱਡੇ ਲੱਗਦੇ ਇੱਥੋਂ ਦੇਖੋ ਤੂੰ ਐਸ ਚ ਪਤਾ ਲੱਗਦਾ ਬਈ ਟਾਇਰਾਂ ਦਾ ਤਾਂ ਕਿੱਡੇ ਕਿੱਡੇ ਟਾਇਰ ਆ ਬੰਬ ਹਨਾ ਰੱਖੇ ਜਾਣਗੇ ਯਾਰ ਹਾਂ ਹਾਂ ਰੱਖੇ ਜਾਣਗੇ ਐਂ ਇੱਕ ਦੇ ਉੱਤੇ ਇੱਕ ਰੱਖਿਆ ਜਾਊ ਹਨਾ
ਦੇਖ ਲੋ ਜਮੇ ਆਉਂਦੇ ਉਵੇਂ ਰੱਖ ਲੋ ਯਾਰ। ਐ ਲੰਮੇ ਲਾ ਦੋ ਫਿਰ ਦੇਖ ਲਾ ਰੱਖ ਕੇ ਇੰਨੀ ਟੇਢਾ ਮੂਧਾ ਪਾ ਦਾਂਗੇ ਪਾਈ ਹੱਥ ਬਈ ਜਾਨ ਬਹੁਤ ਹੈ ਬ੍ਰੇਕ ਮੈਂ ਉੱਥੇ ਜਾਊਂਗਾ ਸਲੋ ਮੋਸ਼ਨ ਚ ਕਹਿੰਦਾ ਮੈਂ ਹੋਰ ਨਾ ਮੀਟਰਾਂ ਜਿਹਾ ਚ ਪਿਆ ਹੋਵਾਂ। ਸਹੀ ਗੱਲ ਹੈ ਏਸੀ ਦੇ ਉੱਤੇ ਆ ਜੂੰ ਪੂਰਾ ਫਿੱਟ ਹੈ ਆ ਟਾਇਰ ਪਾਉਂਦੇ ਮਿੱਤਰੋ ਜਾ ਕੇ ਆਪਾਂ ਜੈਨਾ ਸਾਹਿਬ ਆਉਣੇ ਨਹੀਂ ਸੀ ਆਪਾਂ ਖਿੱਚ ਕਰਕੇ ਕਰ ਲੇਤਾ ਉਹਨੂੰ ਹਾਂ ਨਹੀਂ ਗੱਡੀ ਚ ਆਉਣੇ ਨਹੀਂ ਸੀ ਟਾਇਰ ਹੀ ਵਾਲੇ ਵੱਡੇ ਵੱਡੇ ਬਈ ਯਾਰ ਮੈਂ ਕਿਹਾ ਅਸੀਂ ਔਖੇ ਹੋ ਕੇ ਜਾ ਵੜਾਂਗੇ ਪਰ ਲਿਆਣੇ ਜ਼ਰੂਰ ਆ ਕਿਤੇ ਜਾਣੇ ਆਤੀ ਆ ਸਹੀ ਗੱਲ ਬਸ ਆਪਾਂ ਰਾਤ ਨੂੰ ਜਾ ਕੇ ਅੱਜ ਸ਼ੋਅ ਕਰ ਦੇਣੀ ਟਰੈਕਟਰ ਦੀ ਕੱਲ੍ਹ ਨੂੰ ਟਾਇਰ ਪਾ ਦੇਣੇ ਕੱਲ੍ਹ ਨੂੰ ਓਕੇ ਕਰ ਦੇਣਾ ਕੰਮ ਸਾਰਾ ਟਿਚਨ ਪਿਚਨ ਕਰੀ ਤੁਰੇ ਹੋਣਾ ਨਾਲ ਦੀ ਨਾਲ ਮਿੱਤਰੋ ਫਿਰ ਮਰਗਾੜਾਂ ਵਾਲਾ ਵੀ ਕੰਮ ਭੈਣ ਆ ਵੱਡਾ ਯਾਰ ਹਨਾ ਕੋਈ ਨਾ ਉਹ ਵੀ ਕਰ ਲਾਂਗੇ ਫਿੱਟ ਕੋਈ ਚੱਕਰ ਨਹੀਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਹੌਲੀ 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 ਆਉਣ ਦੇ ਓਹਦੇ ਨਾਲ ਰੱਖੀ ਹੈ ਕਿੱਡਾ ਕੁ ਲੱਗਦਾ ਟਾਇਰ ਚੌੜੇ ਚੌੜੇ ਬੂਟ ਪੂਰੇ ਹੈ ਪੂਰਾ ਹੀ ਫਰਕ ਆ ਲੈ ਜਾਣਾ ਥੋਡੀ ਨੂੰ ਇਹ ਕੀ ਚੀਜ਼ ਆ ਯਾਰ ਕਿੱਡੇ ਕਿੱਡੇ ਲੱਗਦੇ ਨਾ ਟਰੈਕਟਰ ਨੇ ਬਈ ਇੱਥੇ ਆ ਜਾਣਾ ਹਾਂ ਤਾਂ ਦੂਜਾ ਵੀ ਲਿਆ ਫਿਰ ਇੱਥੇ ਹੀ ਪਿਆਰ ਚੱਲ ਉੱਧਰ ਰੱਖ ਲਾ